ਅਸਸਲਾਮ ਵਾਲੇਕਮ ਜੀ ਸਾਰੇ ਵੀਰਾਂ ਦਾ ਕੀ ਹਾਲ ਮੀਤ ਸਭ ਠੀਕ ਹੋਣਗੇ ਤੁਹਾਡੇ ਦੋਸਤ ਰਣਸਰ ਮੈਂ ਤੁਸੀਂ ਵੇਖ ਰਹੇ ਹੋ ਨਾਸਰ ਟ੍ਰੈਕਟਰੀ YouTube ਚੈਨਲ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਇਆ ਦੋ ਟਰੈਕਟਰ ਦੋ ਮਸ਼ੀਨਾਂ ਔਰ ਇੱਕ ਟਰਾਲੀ ਜੈਕ ਵਾਲੀ ਐ ਸਸਤਾ ਫੋਰਡ ਕਾਫੀ ਮੇਰੇ ਭਰਾਵਾਂ ਨੇ ਕਹਲਾ ਕੀਤੀਆਂ ਨੇ ਕਿ ਸਾਨੂੰ ਫੋਰਡ ਵੱਡਾ ਕੁਛ ਚਾਹੀਦਾ ਵੇ ਬਹੁਤ ਮੁਰਾਸਤ ਪ੍ਰਾਈਸ ਦੇ ਵਿੱਚ ਹੈ ਦੋਸਤੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਔਰ ਘੰਟੀ ਵਾਲਾ ਨਿਸ਼ਾਨ ਦਬਾਉਣਾ ਤਾਂ ਕਿ ਹਰ ਨਈ ਆਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ 82 ਮਾਡਲ ਹੈ ਫੋਰਡ 4410 ਕਾਪੀ ਸ਼ਾਪੀ ਜੈਨਵਰ ਮਕੈਨਿਕਲ A1 ਲੰਕਾ ਕੋਨੇ ਨਾਲ ਪ੍ਰਾਈਸ ਇਹਦੀ 11 ਲੱਖ ਰੁਪਏ ਮੌਕੇ ਤੇ ਥੋੜੀ ਬਹੁਤੀ ਕਮੀ ਬੇਸ਼ੀ ਹੋ ਜਾਏਗੀ ਇੰਜਣ ਦੇ ਰਿਸੇ ਦਾ A1 ਹੋਏਗਾ ਅੱਗੇ ਆ ਗਈ ਜੀ ਮਸ਼ੀਨ ਯਾਨੀ ਇੱਕ ਗੰਧਮ ਦੀ ਕਟਾਈ ਕਰਕੇ ਬੰਨ ਕੇ ਸਾਈਡਾਂ ਤੇ ਗੱਠੀਆਂ ਬਣਾ ਕੇ ਛੱਡ ਦੀ ਜੇ ਤੁਰਕੀ ਦੀ ਮਸ਼ੀਨ ਜੇ ਮਾਡਲ 2022 ਜੇ ਨਵੀਂ ਦਾ ਰੇਟ तकरीबन 1.8 ਲੱਖ ਰੁਪਏ ਜੋਪਲ ਕੰਪਨੀ ਹੈ ਤੁਰਕੀ ਦੀ ਉਹਦਾ ਜੇ A1 ਮਸ਼ੀਨ ਹੈ ਚਾਲੂ ਹਾਲਤ ਦੇ ਵਿੱਚ ਜੇ ਪ੍ਰਾਈਸ ਇਹਦੀ 15 ਲੱਖ ਰੁਪਏ ਕਰਦੇ ਨੇ 14.5 ਦੇ ਲੱਭੇ 14 ਦੇ ਲੱਭੇ ਇਸ ਦੇ ਰੌਂਡ ਬੋਡ ਲੱਭਣੀ ਜੇ ਐਚਏਸੀ ਪਤਰੀ ਚੈੱਕ ਕਰ ਸਕਦੇ ਹੋ 22 ਮਾਡਲ ਹੈ ਇਹ ਵਨ ਕੰਡੀਸ਼ਨ ਦੇ ਵਿੱਚ ਇਹਦੀ ਲੋਕੇਸ਼ਨ ਮਰਦਾਨ ਜੇ ਟੋਟਲ ਪਾਨ ਕਿਸੇ ਜਗ੍ਹਾ ਤੇ ਨਹੀਂ ਹੋਏਗੀ ਰੀਪੇਂਟ ਨਹੀਂ ਟੋਟਲ ਜੈਨੂਨ ਦੇ ਬਹੁਤ ਕਮਾਲ ਦੀ ਮਸ਼ੀਨ ਹੈ ਟਰੈਕਟਰ ਦੇ ਪਿੱਛੇ ਇਸਤੇਮਾਲ ਹੁੰਦੀ ਪਿੱਛੇ ਪਾ ਕੇ ਰੈਪਰ ਬਾਈਂਡਰ ਵਗੈਰਾ ਉਹ ਅੱਗੇ ਇਸਤੇਮਾਲ ਹੁੰਦੇ ਨੇ ਇਹ ਪਿੱਛੇ ਇਸਤੇਮਾਲ ਹੁੰਦੀ ਮਰਦਾਨ ਕੇ ਪੀਕੇ ਪਹਾੜੀ ਇਲਾਕੇ ਜਾਂ ਹਮਵਾਰ ਇਲਾਕਾ ਹੋਵੇ ਉਹਦੇ ਵਿੱਚ ਬਹੁਤ ਕਾਮਯਾਬ ਮਸ਼ੀਨ ਹੈ ਬਸ ਆਸਾਨੀ ਜਾਨੀ ਸੀਜ਼ਨ ਤੁਸੀਂ ਲਾ ਸਕਦੇ ਹੋ ਕਮਾਈ ਦਾ ਜ਼ਰੀਆ ਹੈ ਕੋਈ ਵੀ ਚੀਜ਼ ਚਾਹੀਦੀ ਸਕਰੀਨ ਸ਼ਾਟ ਲੈਣਾ ਨੰਬਰ ਆ ਰਿਹਾ ਤੁਹਾਡੇ ਸਾਹਮਣੇ ਇਹ ਮਸ਼ੀਨ ਹੈ ਜੀ ਨੋ ਮਾਡਲ ਹੈ ਸਰਗੋਦੇ ਵਾਲਿਆਂ ਦੀ ਚੱਲ ਸੁਚਾਲ ਪੁਰਾਣੀ ਮਸ਼ੀਨ ਹੈ ਜਾਨਵਰ ਰੰਗ ਦੇ ਵਿੱਚ ਰੀਪੇਂਟ ਨਹੀਂ ਹੋਈ ਇਹ ਵੇਖ ਸਕਦੇ ਹੋ ਚਾਲੂ ਹਾਲਤ ਚ ਹੋਏਗੀ ਬਹੁਤ ਸਸਤੀ ਮناسب ਪ੍ਰਾਈਸ ਦੇ ਵਿੱਚ ਇੰਨੇ ਦੀ ਤੁਹਾਨੂੰ ਆਮ ਜਿਹੜੀ ਮਸ਼ੀਨ ਹੈ ਲੋਕਲ ਮਸ਼ੀਨਾ ਤਿਆਰ ਹੋ ਰਹੀਆਂ ਨੇ ਉਹ ਲੱਭਦੀਆਂ ਨੇ ਇਹ ਵੇਖ ਸਕਦੇ ਹੋ ਯਾਸੀਨ ਵਾਲਿਆਂ ਦੀ ਹੈ ਬਹੁਤ ਅੱਛੀ ਪਰਫਾਰਮੈਂਸ ਹੁੰਦੀ ਹੈ ਇਸ ਮਸ਼ੀਨ ਦੀ ਇਹਦੀ ਡਿਮਾਂਡ 7 ਲੱਖ ਰੁਪਏ ਜੇ ਮੌਕੇ ਤੇ ਕਮੀ ਬੇਸ਼ੀ ਹੋਏਗੀ 6.5 ਦੇ ਰੌਂਡ ਬੌਂਡ ਮਿਲੇਗੀ ਇਹਦੀ ਲੋਕੇਸ਼ਨ ਅਫਜ਼ਾਬਾਦ ਚ ਉਸ ਤੋਂ ਬਾਅਦ 19 ਮਾਡਲ ਹੈ 240 ਓਪਨ ਲੈਟਰ ਦੇ ਵਿੱਚ 700 ਤੇ ਕੁਝ ਕਿੰਟ੍ਰੈਕਟ ਚੱਲੇ ਆਵੇ ਟੋਟਲ ਜੈਨੂਨ ਕੰਡੀਸ਼ਨ ਹੋਵੇਗੀ ਰੀਪੇਂਟ ਨਹੀਂ ਹੋਏਗਾ ਖੁੱਲ ਪਟ ਟਰੈਕਟਰ ਦੇ ਵਿੱਚ ਨਹੀਂ ਹੋਵੇਦੀ ਮੀਟਰ ਦੇ ਨਾਲ ਚੱਲਿਆ ਜਿੰਨਾ ਚੱਲਿਆ ਕੋਈ ਕੱਦੂ ਗਦਾਲ ਕੁਝ ਵੀ ਨਹੀਂ ਕੀਤਾ ਟਰੈਕਟਰ ਨੇ 19 ਮਾਡਲ ਜੇ ਚੋਕ ਵਾਲਾ ਪੰਪ ਹੈ ਵੱਡੇ ਪੰਪ ਵਾਲਾ ਜੇ ਚਾਬੀ ਵਾਲਾ ਨਹੀਂ ਜੀ ਆ ਨਵਾਂ ਨਵਾਂ ਟਰੈਕਟਰ ਜੇ ਚੈੱਕ ਕਰ ਸਕਦੇ ਹੋ ਇਹਦੀ ਡਿਮਾਂਡ 18 ਲੱਖ ਰੁਪਇਆ ਕਰਦੇ ਜੇ ਇਹਦੀ ਵੀ ਲੋਕੇਸ਼ਨ ਮਰਦਾਨ ਕਮੀ ਬੇਸ਼ਕੀ ਮੌਕੇ ਤੇ ਹੋ ਜਾਏਗੀ ਇਹ 11 ਫੁੱਟੀ ਟਰਾਲੀ ਜੇ ਸਿਆਲਕੋਟ ਗੁਜਰਾਵਲੇ ਸਾਈਡ ਦੀ ਤਿਆਰ ਹੋਈ ਇਹ ਲੋਕੇਸ਼ਨ ਵੀ ਇਹੀ ਹੈ ਗੁਜਰਾਵਲੇ ਤੋਂ 27 28 ਕਿਲੋਮੀਟਰ ਸਾਈਡ ਤੇ ਹੋਏਗੀ ਨਵੀਂ ਨਵੀਂ ਟਰਾਲੀ ਜੇ A1 ਕੰਡੀਸ਼ਨ ਦੇ ਇਹਦੇ ਨਾਲ ਇਹ तकरीबन 11.5 ਲੱਖ ਰੁਪਏ ਦੀ 11.5 ਪੂਨੇ 12 ਇਸ ਕੈਲਕੂਲੇਸ਼ਨ ਦੀ ਟਰਾਲੀ ਬਣਦੀ ਦੇ ਜਰਨਲ ਦਾ ਚੌਕੜਾ ਚੰਗਾ ਹੋਵੇ ਚੰਗੀ ਟਰਾਲੀ ਕਿਸੇ ਪ੍ਰਾਣ ਨੂੰ ਚਾਹੀਦੀ ਕਿਉਂਕਿ ਸੀਜ਼ਨ ਇਹ ਚਾਪਰ ਵਗੈਰਾ ਦਾ ਵੀ ਬਾਕੀ ਮਿੱਟੀ ਛਿੱਟੀ ਵਾਲੇ ਦੋਸਤ ਵੱਡੀ ਆਬੇ ਵੱਡੇ ਬੈਰਿੰਗ ਜੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਡਿਮਾਂਡ ਦੀ 10 ਲੱਖ ਕਰਦੇ ਜੇ ਸਾਡੇ 9 ਲੱਖ ਦੇ ਅੱਗੇ ਪਿੱਛੇ ਉਮੀਦ ਹੈ ਲੀ ਲਾਂਗੇ ਇਹ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਨਿਸ਼ੀਅਲ ਕਰਨਾ ਹੈ ਬਾਕੀ ਆਈਐਮਟੀ 570 ਜਿਹੜਾ ਉਹਦੀ 23 ਲੱਖ ਡਿਮਾਂਡ ਲਾਈ ਸੀ ਉਹ 1.21 ਲੱਖ ਰੁਪਏ ਦਾ ਮਿਲ ਜਾਏਗਾ ਕੱਲ ਦੀ ਡੇਟ 'ਚ ਅੱਜ ਤੇ ਕੱਲ ਦੀ ਡੇਟ 'ਚ ਕਿਉਂਕਿ ਇਸ ਟਰਾਲੀ ਤੇ ਟ੍ਰੈਕਟਰ ਇੱਕ ਬੰਦੇ ਦਾ ਵੈ ਜ਼ਮੀਨ ਦਾ ਕੋਈ ਸੌਦਾ ਹੈ ਇਸ ਵਜ੍ਹਾ ਤੋਂ ਉਹਨਾਂ ਨੂੰ ਮਜਬੂਰੀ ਇਹ ਕਮੀ ਬੇਸ਼ੀ ਹੋ ਜਾਏਗੀ ਟੋਕਨ ਬੈਨੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਚਾਪਰ ਮਸ਼ੀਨ ਜਾਂ ਟਰੈਸ਼ਰ ਮਸ਼ੀਨ ਕੋਈ ਵੀ ਸੇਲ ਕਰਨਾ ਚਾਹੁੰਦੀ ਇਸ ਨੰਬਰ ਤੇ